ਇਹ ਥੜਾ ਸਾਹਿਬ ਹੈ ਜੀ, ਇੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 2 ਸਾਲ 3 ਮਹੀਨੇ ਇੱਥੇ ਬੈਠ ਕੇ ਉਹਨਾਂ ਨੇ ਤਪ ਕੀਤਾ ਸੀ। ਇਸ ਸਥਾਨ 'ਤੇ ਬੈਠ ਕੇ ਤਪ ਕੀਤਾ ਸੀ। ਭੋਰਾ ਸਾਹਿਬ ਹੈ ਜਿਹੜਾ ਗੁਰਦੁਆਰਾ ਸਾਹਿਬ ਦੇ ਥੱਲੇ ਹੀ ਬਣਿਆ ਹੋਇਆ ਹੈ। ਥੜਾ ਸਾਹਿਬ ਹੈ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇੱਥੇ ਬੈਠ ਕੇ 2 ਸਾਲ 3 ਮਹੀਨੇ ਤਪ ਕੀਤਾ ਸੀ। ਦੋਨੋਂ ਤਰਫ ਤੋਂ ਰਸਤਾ ਜਾਂਦਾ, ਇੱਧਰ ਵੀ ਪੌੜੀਆਂ ਹੈਗੀਆਂ, ਇੱਧਰ ਵੀ ਪੌੜੀਆਂ ਹਨ। ਦੋਨੋਂ ਤਰਫ ਤੋਂ ਤੁਸੀਂ ਥੱਲੇ ਆ ਕੇ ਥੜਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ।